ਕੈਨੇਡੀਅਨ ਸਾ ਟਿਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਅਮਰੀਕਾ ਨੇ ਫਾਈਜ਼ਰ ਨੂੰ 5 ਸਾਲ ਤੋਂ ਘੱਟ ਬੱਚਿਆਂ ਦੇ ਲਈ ਕੋਵਿਡ ਟੀਕਿਆਂ ਦੇ ਲਈ ਅੱਜ ਜਿੰਦ ਦੇ ਕੀਤੀ ਅਪੀਲ ਅਮਰੀਕਾ ਨੇ ਆਪਣੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਬੈਲਾਰੂਸ ਛੱਡਣ ਦਾ ਦਿੱਤਾ ਹੁਕਮ ਅਮਰੀਕਾ ਦੇ ਵਿੱਚ ਮਹਾਤਮਾ ਗਾਂਧੀ ਨੂੰ ਉਹਨਾਂ ਦੀ 74ਵੀਂ ਵਰ੍ਹੇ ਤੇ ਸ਼ਰਧਾਂਜਲੀ ਕੀਤੀ ਗਈ ਪੇਂਟ ਟਰੂਡੋ ਨੇ ਤੋੜੀ ਚੁੱਪੀ ਕਿਹਾ ਟਰੱਕ ਚਾਲਕ ਕਰ ਰਹੇ ਨੇ ਨਫ਼ਰਤ ਭਰੀ ਬਿਆਨਬਾਜ਼ੀ ਨਹੀਂ ਕਰਾਂਗਾ ਮੁਲਾਕਾ ਰਕਰ ਦੇ ਮਜ਼ਾਰੇ ਤੋਂ ਪਹਿਲਾਂ ਹੀ ਕੁਇਨਸਪਾਰਕ ਵਿਖੇ ਕੀਤੀਆਂ ਜਾ ਰਹੀਆਂ ਨੇ ਸਿਕਿਉਰਿਟੀ ਸੰਬੰਧੀ ਤਿਆਰੀਆਂ ਬਜਟ ਦੇ ਵਿੱਚ ਜੰਮੂ ਕਸ਼ਮੀਰ ਨੂੰ ਮਿਲੀ 35581 ਕਰੋੜ ਦੀ ਗ੍ਰਾਂਟ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਆਉਣਗੇ ਪੀਐਮ ਮੋਦੀ ਸ਼ਾਸਨਭਾਲਣਗੇ ਕਮਾਂਡ ਕਰ ਸਕਦੇ ਨੇ ਵੱਡਾ ਐਲਾਨ ਤੇਲੰਗਾਨਾ ਸੂਬੇ ਦੇ ਮੁੱਖ ਮੰਤਰੀ ਨੇ ਨਵਾਂ ਸੰਵਿਧਾਨ ਲਿਖਣ ਦੀ ਕੀਤੀ ਵਕਾਲਤ ਕੀਤਾ ਵੱਡਾ ਐਲਾਨ ਬਟਾਲਾ ਤੋਂ ਵੱਡੀ ਖਬਰ ਬੀਜੇਪੀ ਉਮੀਦਵਾਰ ਫਤੇਜੰਗ ਬਾਜਵਾ ਖਿਲਾਫ ਕੇਸ ਹੋਇਆ ਦਰਜ ਪੰਜਾਬ ਦੇ ਵਿੱਚ ਬਦਲੇਗਾ ਮੌਸਮ 3-4 ਫਰਵਰੀ ਨੂੰ بارش ਹੋਣ ਦੀ ਸੰਭਾਵਨਾ ਭਗਵੰਤ ਮਾਨ ਦੀ ਪੈਨ ਨੇ ਠੋਕਿਆ ਦਾਵਾ ਕਿਹਾ ਮੇਰਾ ਵੀਰ ਬਣੂਗਾ ਪੰਜਾਬ ਦਾ ਮੁੱਖ ਮੰਤਰੀ 50 ਸਾਲ ਦੇ ਵਿੱਚ ਪੰਧੌੜ ਤੋਂ ਸਿਰਫ ਇੱਕ ਵਾਰ ਜਿੱਤੀ ਹੈ ਕਾਂਗਰਸ ਇਸ ਵਾਰ ਸੀਐਮ ਚੰਨੀ ਨੂੰ ਬਣਾਇਆ ਗਿਆ ਉਮੀਦਵਾਰ ਆਦਮਪੁਰ ਸੀਟ ਨੂੰ ਲੈ ਕੇ ਖਿੱਚੋ ਤਾਣ ਕਾਗਜ਼ ਭਰੇ ਬਿਨਾਂ ਪਰਤੇ ਕੇਪੀ ਕਿਹਾ ਕਾਂਗਰਸ ਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਹੁਣ ਖਬਰਾਂ ਵਿਸਥਾਰ ਨਾਲ ਉਦਰ ਅਮਰੀਕੀ ਰੈਗੂਲੇਟਰ ਦਵਾਈ ਨਿਰਮਾਤਾ ਫਾਈਜ਼ਰ ਨੇ 6 ਮਹੀਨੇ ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਲਈ ਆਪਣੇ ਕੋਵਿਡ-19 ਟੀਕੇ ਦੀਆਂ ਦੋ ਖੁਰਾਕਾਂ ਦੇ ਲਈ ਐਮਰਜੈਂਸੀ ਵਰਤੋਂ ਦੇ ਲਈ ਅਰਜ਼ੀ ਦੇਣ ਦੀ ਅਪੀਲ ਕਰ ਰਹੇ ਨੇ ਜਦਕਿ ਤਿੰਨ ਖੁਰਾਕ ਵਾਲੇ ਟੀਕੇ ਤੇ ਅੰਕੜੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਕਦਮ ਦਾ ਉਦੇਸ਼ ਜਲਦੀ ਤੋਂ ਜਲਦੀ ਫਰਵਰੀ ਦੇ ਅੰਤ ਤੱਕ ਉਹਨਾਂ ਦੇ ਟੀਕਿਆਂ ਦਾ ਰਾਹ ਸਾਫ਼ ਕਰਨਾ ਹੈ ਇਸ ਸਬੰਧ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਸੋਮਵਾਰ ਦਾ ਐਸੋਸੀਏਟ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ ਹੈ ਕੰਪਨੀ ਦੇ ਵੱਲੋਂ ਮੰਗਲਵਾਰ ਨੂੰ ਅਰਜ਼ੀ ਦਿੱਤੇ ਜਾਣ ਦੀ ਉਮੀਦ ਹੈ ਫਾਈਜ਼ਰ ਦੇ ਸ਼ੁਰੂਆਤੀ ਅੰਕੜਾ ਤੋਂ ਪਤਾ ਚੱਲ ਟੀਕੇ ਦੀ ਤੁਲਨਾ ਦੇ ਹਿਸਾਬ ਦੇ ਨਾਲ ਦਸਵੇਂ ਹਿੱਸੇ ਦੇ ਵਿੱਚ ਦਿੱਤਾ ਜਾਂਦਾ ਹੈ ਸੁਰੱਖਿਆਤ ਹੈ ਅਤੇ ਇਹ ਇੱਕ ਪ੍ਰਤੀ ਰੱਖਿਆ ਪ੍ਰਤੀਕਿਰਿਆ ਪੈਦਾ ਕਰਦਾ ਹੈ ਹਾਲਾਂਕਿ ਪਿਛਲੇ ਸਾਲ ਫਾਈਜ਼ਰ ਨੇ ਐਲਾਨ ਕੀਤਾ ਸੀ ਕਿ ਦੋ ਖੁਰਾਕ ਵਾਲਾ ਟੀਕਾ 2 ਤੋਂ 5 ਸਾਲ ਦੇ ਬੱਚਿਆਂ ਦੇ ਵਿੱਚ ਕੋਵਿਡ-19 ਨੂੰ ਰੋਕਣ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਾਬਤ ਹੋਇਆ ਅਤੇ ਰੈਗੂਲੇਟਰਾਂ ਨੇ ਕੰਪਨੀ ਨੂੰ ਇਸ ਵਿਸ਼ਵਾਸਨੀਯ ਅਧਿਐਨ ਦੇ ਵਿੱਚ ਤੀਸਰੀ ਖੁਰਾਕ ਜੋੜਨ ਦੇ ਲਈ ਉਤਸ਼ਾਹਿਤ ਕੀਤਾ ਹੈ ਕਿ ਇੱਕ ਹੋਰ ਖੁਰਾਕ ਬਾਲਗਾਂ ਦੇ ਵਿੱਚ ਬੂਸਟਰ ਖੁਰਾਕ ਦੇ ਤਰ੍ਹਾਂ ਪ੍ਰਭਾਵਸ਼ੀਲਤਾ ਨੂੰ ਵਧਾਏਗੀ। ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੇ ਕਿਹਾ ਕਿ ਹੁਣ ਖੁਰਾਕ ਅਤੇ ਦਵਾਈ ਪ੍ਰਬੰਧਨ ਕੰਪਨੀ ਨੂੰ ਫਰਵਰੀ ਦੇ ਵਿੱਚ ਸੰਭਾਵੀ ਮਨਜ਼ੂਰੀ ਦੇ ਲਈ ਦੋ ਖੁਰਾਕ ਦੇ ਅੰਕੜਿਆਂ ਨੂੰ ਆਧਾਰ ਤੇ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਖੁਰਾਕ ਦੇ ਅਧਿਆਨ ਦੇ ਅੰਕੜੇ ਪ੍ਰਾਪਤ ਹੋਣ ਤੋਂ ਬਾਅਦ ਵਧੀਕ ਅਥਾਰਟੀ ਦੇ ਲਈ ਮੁੜ ਅਰਜ਼ੀ ਦੇਣ ਦੇ ਲਈ ਕਿਹਾ ਜਾ ਰਿਹਾ ਹੈ ਤੀਜੀ ਖੁਰਾਕ ਦੇ ਅਧਿਆਨ ਦੇ ਅੰਕੜੇ ਮਾਰਚ ਤੱਕ ਆਉਣੇ ਹਨ ਵਿਅਕਤੀ ਦੇ ਨਾਮ ਨਾ ਛਪਣ ਦੀ ਸ਼ਰਤ ਤੇ ਇਹ ਸਾਰੀ ਜਾਣਕਾਰੀ ਦਿੱਤੀ ਗਈ ਉਦਨ ਅਮਰੀਕੀ ਵਿਦੇਸ਼ ਵਿਭਾਗ ਨੇ ਬੈਲਾਰੂਸ ਦੇ ਵਿੱਚ ਆਪਣੇ ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਦੇਸ਼ ਵਿਭਾਗ ਨੇ 31 ਜਨਵਰੀ ਨੂੰ ਅਮਰੀਕੀ ਅਧਿਕਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਬੈਲਾਰੂਸ ਛੱਡਣ ਦਾ ਹੁਕਮ ਦਿੱਤਾ ਬਿਆਨ ਦੇ ਵਿੱਚ ਕਿਹਾ ਗਿਆ ਕਿ ਯੂਕਰੇਨ ਦੇ ਨਾਲ ਲੱਗੀਆਂ ਸਰਹੱਦ ਨੇੜੇ ਅਸਾਧਾਰਨ ਅਤੇ ਚਿੰਤਾਜਨਕ ਰੂਸੀ ਫੌਜੀ ਗਤੀਵਿਧੀ ਦੇ ਵਿੱਚ ਵਾਧੇ ਦੇ ਕਾਰਨ ਬੈਲਾਰੂਸ ਚਿੰਤਾਜਨਕ ਅਤੇ ਖੇਤਰ ਦੇ ਵਿੱਚ ਤਣਾਅ ਵਧ ਰਿਹਾ ਹੈ ਉਦਨ ਰੂਸ ਪੱਛਮੀ ਦੇਸ਼ਾਂ ਅਤੇ ਯੂਕਰੇਨ ਦੀ ਹਮਲਾਵਰ ਕਾਰਵਾਈ ਦੇ ਦੋਸ਼ਾਂ ਨੂੰ ਖਾਰਜ ਕਰ ਦਿਆ ਸਤੇ ਹਮਲਾ ਨਹੀਂ ਕਰਨ ਜਾ ਰਿਹਾ ਉਸਨੇ ਕਿਹਾ ਕਿ ਰੂਸੀ ਸਰਹੱਦ ਨੇੜੇ ਹੋਰ ਨਾਟੋ ਫੌਜੀ ਉਪਕਰਨਾਂ ਨੂੰ ਤਾਇਨਾਤ ਕਰਨ ਦੇ ਬਹਾਨੇ ਰੂਸੀ ਹਮਲਾਵਰਾਂ ਦੇ ਦਾਅਵਿਆਂ ਦੀ ਇਵਰਤੋ ਕੀਤੀ ਜਾਂਦੀ ਹੈ ਯੂਕਰੇਨ ਅਤੇ ਪੱਛਮੀ ਦੇਸ਼ਾਂ ਨੇ ਹਾਲੀ ਦੇ ਵਿੱਚ ਯੂਕਰੇਨ ਦੀ ਸਰਹੱਦ ਨੇੜੇ ਰੂਸ ਦੀਆਂ ਹਮਲਾਵਰ ਕਾਰਵਾਈਆਂ ਦੇ ਵਿੱਚ ਕਥਿਤਵਾਦੇ ਦੇ ਚਿੰਤਾ ਪ੍ਰਗਟ ਕੀਤੀ ਹੈ ਤੇ ਰੂਸੀ ਰਾਸ਼ਟਰਪਤੀ ਦਫਤਰ ਕ੍ਰੈਮਲਿਨ ਦੇ ਬੁਲਾਰੇ ਦਿਮਰਤੀ ਪੋਸਕੋਵ ਨੇ ਕਿਹਾ ਕਿ ਰੂਸ ਆਪਣੇ ਖੇਤਰ ਦੇ ਵਿੱਚ ਆਪਣੇ ਅਤੇ ਵਿਵੇਕ ਦੇ ਸੈਨਿਕਾਂ ਨੂੰ ਟਰਾਂਸਫਰ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਕਿਸੇ ਨੂੰ ਵੀ ਖਤਰਾ ਨਹੀਂ ਹੈ ਤੇ ਕਿਸੇ ਨੂੰ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਉਦਰ ਅਮਰੀਕਾ ਭਾਰ ਦੇ ਵਿੱਚ ਕਈ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਇੰਟਰਨਲ ਗਾਂਧੀ ਮਿਊਜ਼ੀਅਮ ਹਿਊਨਸਟਨ ਆਰਐਸ ਸਮਾਜ ਗ੍ਰੇਟਰ ਹਿਊਨਸਟਨ ਯੂਨਿਟੀ ਹਿਊਨਸਟਨ ਅਤੇ ਇਸ ਮਾਈਲੀ ਜਮਾਤਖਾਨਾ ਕੇਂਦਰ ਨੇ ਮਹਾਤਮਾ ਗਾਂਧੀ ਨੂੰ ਉਹਨਾਂ ਦੀ 74ਵੀਂ ਵਰ੍ਹੇ ਦੀ ਮੌਕੇ ਸ਼ਰਧਾਂਜਲੀ ਪੇਂਟ ਕੀਤੀ ਆਰਐਸ ਮਾਈ ਦੇ ਵੱਲੋਂ ਐਤਵਾਨ ਨੂੰ ਵੱਖ-ਵੱਖ ਤਰ੍ਹਾਂ ਦੀ ਇੱਕ ਪ੍ਰਾਰਥਨਾ ਸਭਾ ਕਾਰਵਾਈ ਕਰਵਾਈ ਗਈ ਇਸ ਦੌਰਾਨ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਪੇਂਟ ਕੀਤੀ ਗਈ ਅਤੇ ਉਹਨਾਂ ਦੇ ਪਸੰਦੀਦਾ ਭਜਨ ਵੀ ਗਾਏ ਗਏ ਇੰਟਰਨਲ ਗਾਂਧੀ ਮਿਊਜ਼ੀਅਮ ਹਿਊਨਸਟਨ ਦੇ ਸਹਿ ਸੰਸਥਾਪਕ ਅਤੁਲ ਬੀ ਕੋਠਾਰੀ ਨੇ ਕਿਹਾ ਕਿ ਇਸ ਸ਼ਰਧ ਉਤਮਾ ਦਰਸ਼ਨ ਨੂੰ ਪ੍ਰਸਿੱਧ ਬਣਾਉਂਦੀ ਸਾਡੀ ਨਿਮਾਣੀ ਕੋਸ਼ਿਸ਼ ਹੈ ਇੰਟਰਨਲ ਗਾਂਧੀ ਮਿਊਜ਼ੀਅਮ ਹਿਊਨਸਟਨ ਸੱਚਾਈ ਅਹਿੰਸਾ ਪਿਆਰ ਅਤੇ ਸੇਵਾ ਦੇ ਵਿਸ਼ਵਵਿਆਪੀ ਮੁੱਲਾਂ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਗੈਰ ਲਾਭਕਾਰੀ ਸੰਸਥਾ ਹੈ ਇਹ ਅਮਰੀਕਾ ਦਾ ਪਹਿਲਾ ਜਾਇਦਕਾਰ ਹੈ ਜੋ ਮਹਾਤਮਾ ਗਾਂਧੀ ਦੀ ਵਿਰਾਸਤ ਅਤੇ ਆਦਰਸ਼ਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਲਈ ਸਮਰਪਿਤ ਹੈ ਪਾਰਦੇ ਕੌਂਸਲ ਜਨਰਲ ਅਸੀਮ ਮਹਾਜਨ ਅਤੇ ਗਾਂਦੀਵਾਦੀ ਸੀਤਾ ਕਪੜੀਆ ਸਮੇਤ ਇਸ ਮੌਕੇ ਤੇ ਆਏ ਵਿਸ਼ੇਸ਼ ਪਤਵੰਤਿਆਂ ਨੇ ਪ੍ਰਤੀਕਾਤਮਕ ਦੀਵੇ ਜਗਾਏ ਇਸ ਤੋਂ ਬਾਅਦ ਹਿਊਨਸਟਨ ਦੇ ਵਿੱਚ ਭਾਰਤ ਦੇ ਕੌਂਸਲਰ ਜਨਰਲ ਨੇ ਇੱਕ ਡਿਜੀਟਲ ਪ੍ਰੋ आयोजन ਕੀਤਾ جس ਦੇ ਵਿੱਚ ਸ਼ੋਭਨਾ ਰਾਧਾ ਕ੍ਰਿਸ਼ਨ ਨੇ ਸਤਿਅਾਗ੍ਰਹਿ ਗਲੋਬਲ ਸ਼ਾਂਤੀ ਦਾ ਮਾਰਗ ਵਿਸ਼ੇਤੇ ਕਹਾਣੀ ਵਿਸੁਣਾਈ। ਉਧਰ ਪਾਰਾ ਦੇ ਵਿੱਚ ਕਿਸਾਨਾਂ ਦੇ ਮੁੱਦੇ ਤੇ ਬਿਨਾ ਮੰਗੇ ਸਲਾਹ ਦੇਣ ਵਾਲੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਰਾਸ਼ਤਾਨੀਓਟਾਵਾ ਦੇ ਵਿੱਚ 50 ਹਜ਼ਾਰ ਟਰੱਕ ਚਾਲਕਾਂ ਦੀ ਅਗਵਾਈ ਦੇ ਵਿੱਚ ਕਿਤੇ ਜਾ ਰਹੇ ਪ੍ਰਦਰਸ਼ਨ ਤੇ ਆਪਣੀ ਚੁੱਪੀ ਤੋੜੀ। ਕੈਨੇਡਾ ਦੇ ਪੀਐਮ ਨੇ ਕਿਹਾ ਕਿ ਇਹ ਟਰੱਕ ਚਾਲਕ ਨਫ਼ਰਤ ਦੇ ਨਾਲ ਭਰੀ ਬਿਆਨਬਾਜ਼ੀ ਕਰ ਰਹੇ ਨੇ ਇਸ ਕਾਰਨ ਤੋਂ ਉਹ ਫ੍ਰੀडम ਕਨਵੋਏ ਮਤਲਬ ਕਿ ਆਜ਼ਾਦੀ ਕਾਫਲੇ ਦੇ ਨਾਲ ਮੁਲਾਕਾਤ ਨਹੀਂ ਕਰਨਗੇ। ਚਰਣਾ ਪੋਜ਼ਿਟਿਵ ਹੋਏ ਟਰੂਡੋ ਨੇ ਕਿਹਾ ਕਿ ਉਹ ਇਨ੍ਹਾਂ ਟਰੱਕ ਵਾਲਿਆਂ ਨੂੰ ਮਿਲਣ ਦੀ ਬਜਾਏ ਬਲੈਕ ਲਾਈਵਜ਼ ਮੈਟਰ ਅੰਦੋਲਨ ਦੇ ਲੋਕਾਂ ਦੇ ਨਾਲ ਮੁਲਾਕਾਤ ਕਰਨਾ ਪਸੰਦ ਕਰਨਗੇ ਟਰੂਡੋ ਨੇ ਕੌਨਲਾਈਨ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਲੋਕ ਹੈਰਾਨ ਨੇ ਤੇ ਇਮਾਨਦਾਰੀ ਦੇ ਨਾਲ ਕਹਾ ਤਾਂ ਰਾਸ਼ਟਰੀ ਰਾਜਧਾਨੀ ਦੇ ਵਿੱਚ ਕਿਤੇ ਜਾ ਰਹੇ ਪ੍ਰਦਰਸ਼ਨ ਦੇ ਵਿੱਚ ਕੁਝ ਲੋਕਾਂ ਦੇ ਵਿਵਹਾਰ ਤੋਂ ਉਹਨਾਂ ਨਾਰਾਜ਼ ਨੇ ਕੈਨੇਡਾ ਦੇ ਪੀਐਮ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਕਦੋਂ ਮਿਲਣ ਜਾ ਰਹੇ ਨੇ ਤਾਂ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਅਜੇ ਹੀ ਕਿਸੇ ਪ੍ਰਦਰਸ਼ਨ ਦੇ ਵਿੱਚ ਜਾਣ ਦੀ ਪਾਛਨ ਦਿੱਤੇ ਜਾ ਰਹੇ ਨੇ ਅਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਨਾਲ ਹਿੰਸਾ ਕੀਤੀ ਜਾ ਰਹੀ ਹੈ ਜਸਟਨ ਟਰੂਡੋ ਨੇ ਸਫਾਈ ਦਿੱਤੀ ਹੈ ਕਿ ਉਹ ਨਿੱਜੀ ਤੌਰ ਤੇ ਕਈ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਏ ਹਨ ਜਦੋਂ ਉਹ ਪ੍ਰਦਰਸ਼ਨਕਾਰੀਆਂ ਦੇ ਟੀਚੇ ਦੇ ਨਾਲ ਸਹਿਮਤ ਸਨ ਇਸ ਵਿੱਚ ਬਲੈਕ ਲਾਈਵਜ਼ ਮੈਟਰ ਸ਼ਾਮਲ ਹੈ ਹਾਲਾਂਕਿ ਉਹਨਾਂ ਨੇ ਟਰੱਕ ਚਾਲਕਾਂ ਦੀ ਅਸਹਿਮਤੀ ਨੂੰ ਖਾਰਜ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਟਰੱਕ ਚਾਲਕ ਨਾ ਸਿਰਫ ਵਿਗਿਆਨ ਦਾ ਅਸਮਾਨ ਕਰ ਰਹੇ ਨੇ ਸਗੋਂ ਫਰੰਟ ਮੋਰਚੇ ਦੇ ਤਾਇਨਾਤ ਸਹਿਤ ਵਰਕਰਾਂ ਦਾ ਵੀ ਅਪਮਾਨ ਕਰ ਰਹੇ ਨੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਕਰੀਬ 90% ਦੀ ਟਰੱਕ ਚਾਲਕ ਸਹੀ ਕੰਮ ਕਰ ਰਹੇ ਨੇ ਅਤੇ ਕੈਨੇਡਾ ਦੇ ਲੋਕਾਂ ਦੇ ਲਈ ਉਹਨਾਂ ਦੇ ਟੇਬਲ

قرار ਦਿੱਤਾ ਸੀ انہوں نے ਸੰਸਦ ਨੇੜੇ ਨਾਜ਼ੀ ਝੰਡਾ ਲਹਿਰਾਉਣ ਦੀ ਵੀ ਆਲੋਚਨਾ ਕੀਤੀ ਇਸੇ ਦੌਰਾਨ ਇਹ ਪ੍ਰਦਰਸ਼ਨ ਲਗਾਤਾਰ ਹੋ ਰਵਦਾ ਜਾ ਰਿਹਾ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੱਕ ਚਾਲਕ ਅਲਬਰਟਾ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਕੈਨੇਡਾ ਤੇ ਅਮਰੀਕਾ ਦੇ ਵਿੱਚਕਾਰ ਰਸਤੇ ਨੂੰ ਜਾਮ ਵੀ ਕਰ ਰਹੇ ਨੇ ਕਰੀਬ 20000 ਟਰੱਕਾਂ ਦੇ ਇਸ ਕਾਫਲੇ ਨੂੰ ਪ੍ਰਦਰਸ਼ਨਕਾਰੀਆਂ ਨੇ ਫਰੀडम ਕਨਵੋਏ ਨਾਮ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਜਗ੍ਹਾ ਤੇ ਟਰੱਕਾਂ ਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਜਾਮ ਹੈ ਖਬਰਾਂ ਦੇ ਮੁਤਾਬਕ ਪੂਰੇ ਕੈਨੇਡਾ ਤੋਂ ਕਰੀਬ ਇੱਕ ਹਫ਼ਤੇ ਦੀ ਲੰਬੀ ਯਾਤਰਾ ਕਰਨ ਤੋਂ ਬਾਅਦ ਇਹ ਵੱਡੇ ਟਰੱਕ ਰਾਸ਼ਤਾਨੀਓਟਾਵਾ ਦੇ ਵਿੱਚ ਪਹੁੰਚੇ ਨੇ ਇਹ ਲੋਕ ਕੋਰੋਨਾ ਵ ਜਨ ਅਤੇ ਕੋਵਿਡ پابੰਦੀਆਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਨੇ ਪ੍ਰਦਰਸ਼ਨ ਦੇ आयोजਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਅੰਦੋਲਨ ਸ਼ਾਂਤੀਪੂਰਨ ਹੋਵੇਗਾ ਪਰ ਇੰਨੀ ਭੀੜ ਦੇ ਸਾਹਮਣੇ ਪੁਲਿਸ ਬੇਬਸ ਨਜ਼ਰ ਆ ਰਹੀ ਹੈ ਪੁਲਿਸ ਨੇ ਕਿਹਾ ਕਿ ਉਹ ਇਸ ਸੰਕਰ ਦੇ ਲਈ ਤਿਆਰ ਨਹੀਂ ਹਨ ਉਧਰ ਕੋਵਿਡ-19 ਵੈਕਸੀਨੇਸ਼ਨ ਨੂੰ ਲਾਜ਼ਮੀ ਕਿਤੇ ਜਾਣ ਦੇ ਖਿਲਾਫ ਵੀਕਐਂਡ ਦੇ ਉਤੇ ਟਰੱਕਸ ਦੇ ਵੱਲੋਂ ਸੰਭਾਵੀ ਤੌਰ ਦੇ ਉਤੇ ਕਿਤੇ ਜਾਣ ਵਾਲੇ ਮੁਜਾਰੇ ਤੋਂ ਪਹਿਲਾਂ ਹੀ ਟੋਰਾਂਟੋ ਦੇ ਵਿੱਚ ਕੁਇਨਸ پارک ਵਿਖੇ ਸਿਕਿਉਰਿਟੀ ਸੰਬੰਧੀ ਤਿਆਰੀਆਂ ਜ਼ੋਰ ਅਸ਼ੋਰਾਂ ਤੇ ਚੱਲ ਰਹੀਆਂ ਨੇ ਕਨਵੇ ਫੌਂਡ ਫ੍ਰੀਡਮ ਟੋਰਾਂਟੋ ਦੇ ਫਲਾਇਰ ਟਰੱਕਰਜ਼ ਅਤੇ ਉਹਨਾਂ ਦੇ ਸਮਰਥਕਾਂ ਦੇ ਲਈ ਆਨਲਾਈਨ ਸਰਕੂਲੇਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਟਰੱਕਰਜ਼ ਤੇ ਉਹਨਾਂ ਦੇ ਸਮਰਥਕਾਂ ਨੂੰ ਸ਼ਨੀਵਾਰ ਨੂੰ ਦੱਖਣੀ 온ਟਾਰੀਓ ਦੀਆਂ ਵੱਖ-ਵੱਖ ਲੋਕੇਸ਼ਨਾਂ ਦੇ ਉਤੇ ਇਕੱਠਾ ਹੋਣ ਦੀ ਅਪੀਲ ਵੀ ਕੀਤੀ ਗਈ ਹੈ ਫਿਰ ਰਾਲਕੇ ਦੁਪਹਿਰ ਤੱਕ ਕੁਇਨਸ پارک ਵੱਲ ਵੱਧਣ ਦਾ ਸੱ ਵਾਲੇ ਪਾਰਕਿੰਗ ਲੋਟ ਦੀ ਐਂਟਰਸ ਤੇ ਐਗਜ਼ਿਟ ਦੇ ਉੱਤੇ ਫੋਰਕ ਲਿਫਟਸ ਦੇ ਨਾਲ ਵੱਡੇ ਕੰਕਰੀਟ ਦੇ ਪਲਾਂਟਰਸ ਲਗਾਉਂਦੇ ਵੇਖਿਆ ਗਿਆ ਅਜਿਹਾ ਕਿਸੇ ਵੀ ਗੱਡੀ ਨੂੰ ਇਸ ਪਾਰਕਿੰਗ ਲੋਟ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਕੀਤਾ ਜਾ ਰਿਹਾ ਹੈ ਸਿਕਿਉਰਿਟੀ ਸਟਾਫ ਨੇ ਦੱਸਿਆ ਕਿ ਇਹ ਤਿਆਰੀਆਂ ਸੰਭਾਵੀ ਟਰੱਕਰਸ ਕਨਵੇ ਦੀ ਤਿਆਰੀਆਂ ਦੇ ਲਈ ਕੀਤੀਆਂ ਜਾ ਰਹੀਆਂ ਨੇ ਮੰਗਲਵਾਰ ਨੂੰ ਟਾਰਿਓ ਦੇ ਪ੍ਰੀਮੀਅਰ ਡਗ ਫੋਰ ਨੇ ਔਟਵਾ ਦੇ ਵਿੱਚ ਡੇਰੇ ਲਗਾ ਕੇ ਬੈਠੇ ਮੁਜਾਰਾਕਾਰੀਆਂ ਨੂੰ ਘਰੋ ਘਰੀ ਜਾਣ ਦੇ ਲਈ ਆਖਿਆ ਉਧਰparat ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਨੇ ਆਪਣਾ ਸਾਲਾਨਾ ਬਜਟ ਦੇ ਵਿੱਚ ਜੰਮੂ ਕਸ਼ਮੀਰ ਨੂੰ 35581 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਸਾਲ 2021 ਦੇ ਬਜਟ ਗ੍ਰਾਂਟ ਨਾਲੋਂ ਲਗਭਗ 4800 ਕਰੋੜ ਰੁਪਏ ਵੱਧ ਗ੍ਰਾਂਟ ਇਸ ਵਾਰ ਜੰਮੂ ਕਸ਼ਮੀਰ ਨੂੰ ਮਿਲੇਗੀ ਹਾਲਾਂਕਿ ਬਜਟ ਦੇ ਵਿੱਚ ਜੰਮੂ ਕਸ਼ਮੀਰ ਦੇ ਲਈ ਕੋਈ ਵੀ ਵੱਡਾ ਐਲਾਨ ਨਹੀਂ ਕੀਤਾ ਗਿਆ ਇਸ ਦੇ ਲਈ ਜੰਮੂ ਕਸ਼ਮੀਰ ਦੇ ਵਿੱਚ ਬਜਟ ਤੇ ਆਮ ਜਨਤਾ ਨੇ ਮਿਲੀ ਜੁਲੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਜੰਮੂ ਕਸ਼ਮੀਰ ਨੂੰ ਕੇਂਦਰੀ ਬਜਟ ਦੇ ਵਿੱਚ ਮਿਲੀ ਗ੍ਰਾਂਟ ਦੇ ਵਿੱਚ 35581 ਕਰੋੜ ਦੇ ਵਿੱਚ 33923 ਕਰੋੜ ਰੁਪਏ ਮਾਲੀਆ ਤੇ ਸੋਮਿਆਂ ਦੇ ਘਾਟ ਜਾਂਦੇ ਜਾਣਗੇ ਬਾਕੀ ਰਕਮ ਦੇ ਵਿੱਚ 279 ਕਰੋੜ ਰੁਪਏ ਡਿਜ਼ਾਸਟਰ ਰਿਸਪਾਂਸ ਫੰਡ 273 ਕਰੋੜ ਰੁਪਏ ਡਲਨਾਗਿੰਨ ਝੀਲ ਦੇ ਮੋੜ ਵਸੇਬੇ 476.44 ਕਰੋੜ ਰੁਪਏ 624 ਮੈਗਾਵਾਟ ਦਾ ਕੀਰੂ ਪਣ ਬਿਜਲੀ ਪ੍ਰੋਜੈਕਟ ਤੇ 500 ਕਰੋੜ ਰੁਪਏ ਕੈਪੀਟਲ ਖਰਚੇ ਦੇ ਵਿੱਚ ਮਦਦ ਦੇ ਲਈ ਪ੍ਰਦਾਨ ਕੀਤੇ ਗਏ ਨੇ ਇਸ ਤੋਂ ਇਲਾਵਾ 130 ਕਰੋੜ ਇਸ ਗ੍ਰਾਂਟ ਦੇ ਵਿੱਚ ਹੋਰ ਸ਼ਾਮਲ ਨੇ ਜੋ ਰਾਸ਼ੀ ਸੋਮਿਆਂ ਦੇ ਘਾਟੇ ਦੇ ਵਿੱਚ ਇਸਤੇਮਾਲ ਕੀਤੇ ਜਾਵੇਗੇ ਉਸ ਦੇ ਵਿੱਚ ਵਿਕਾਸ ਨੂੰ ਰਫਤਾਰ ਮਿਲੇਗੀ ਜਿਸ ਦੇ ਵਿੱਚ ਬੁਨਿਆਦੀ ਸਹੂਲਤਾ ਵਰਗੇ ਬਿਜਲੀ ਪਾਣੀ ਸੜਕ ਟਰਾਂਸਪੋਰਟ ਆਦੀ ਸਹੂਲਤਾ ਵਿੱਚ ਵੀ ਵਾਧਾ ਹੋਵੇਗਾ ਉਦੋਂ ਜੰਮੂ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਧਾਰਾ 370 ਹਟਾਏ ਜਾਣ ਅਤੇ ਬਾਅਦ ਵਿੱਚ ਪੁਨਰਗਠਨ ਤੋਂ ਬਾਅਦ ਯੂਟੀ ਦੇ ਵਜੂਦ ਦੇ ਵਿੱਚ ਆਏ ਲਦਾਖ ਨੂੰ 59 58 ਕਰੋੜ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ ਕੇਂ ਸਪਾਈ ਪਲੈਨ ਵਿਚ ਹਾਈ ਜਾਂਦੀ ਸੋਗਾ ਦਿੱਤੀ ਸੀ ਪਰ ਮੰਗਲਵਾਰ ਨੂੰ ਐਲਾਨੇ ਬਜਟ ਦੇ ਵਿੱਚ ਜੰਮੂ ਕਸ਼ਮੀਰ ਦੇ ਲਈ ਕੋਈ ਵੱਡਾ ਐਲਾਨ ਨਹੀਂ ਹੈ ਵਪਾਰੀ ਪ੍ਰਾਗ ਅਬਰੋਲ ਨੇ ਕਿਹਾ ਕਿ ਛੋਟੇ ਵਪਾਰੀਆਂ ਦੇ ਲਈ ਕੇਂਦਰ ਸਰਕਾਰ ਨੇ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਪਰ ਸੂਬਾ ਪੱਧਰ ਤੇ ਜੇਕਰ ਕੋਈ ਰਾਹਤ ਮਿਲਦੀ ਹੈ ਤਾਂ ਵਪਾਰ ਅੱਗੇ ਵੱਧ ਸਕਦਾ ਹੈ ਬੈਂਕ ਖਾਤਾ ਐਨ ਪੀਏ ਨਾ ਹੋਵੇ ਇਸ ਲਈ ਸਾਰੇ ਵਪਾਰੀ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਏ ਹੋਏ ਹਨ ਪਰ ਇਹ ਜ਼ਿਆਦਾ ਦੇਰ ਨਹੀਂ ਚੱਲ ਸਕਦਾ ਇਸ ਦੇ ਲਈ ਸੂਬਾ ਬਜਟ ਦੇ ਵਿੱਚ ਸਰਕਾਰ ਨੂੰ ਕਦਮ ਚੁੱਕਣੇ ਪੈਣਗੇ ਕੇਂਦਰੀ ਬਜਟ ਦੇ ਵਿੱਚ ਸੈਲਰੀ ਕਲਾਸ ਅਤੇ ਮੱਧ ਵਰਗ ਨੂੰ ਉਮੀਦ ਸੀ ਕਿ ਟੈਕਸ ਸਲੈਬ ਦੇ ਵਿੱਚ ਛੋਟ ਮਿਲੇ ਪਰ ਸਰਕਾਰ ਦੇ ਵੱਲੋਂ ਟੈਕਸ ਸਲੈਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਾ ਕੀਤੇ ਜਾਣ ਦੀ ਨਿਰਾਸ਼ਾ ਹੱਥ ਲੱਗੀ ਹੈ ਸਭ ਤੋਂ ਵੱਧ ਘ ਅਸਲੀ ਕੀਮਤ ਖਾਨ ਵਾਲੇ ਤੇਲਾਂ ਦੀ ਕੀਮਤ ਦੇ ਵਿੱਚ ਕਮੀ ਨੂੰ ਲੈ ਕੇ ਕੋਈ ਐਲਾਨ ਨਾ ਹੋਣਾ ਵੀ ਆਮ ਜਨਤਾ ਨੂੰ राਸ ਨਹੀਂ ਆਇਆ ਉਦਰ ਭਾਜਪਾ ਪੀਐਲਸੀ ਅਤੇ ਆਕਾਲੀ ਦਲ ਸੰਯੁਕਤ ਦਾ ਤ੍ਰਿਕੋਣੀ ਗੱਠ ਜੋੜਵੀਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਨ ਦੇ ਲਈ ਤਿਆਰ ਹੋ ਗਿਆ ਮੁਹਿੰਮ ਦੀ ਯੋਜਨਾ ਉ ਸਰਬਸੰਮਤੀ ਦੇ ਨਾਲ ਅੰਤਿਮ ਰੂਪ ਦਿੱਤਾ ਗਿਆ ਪ੍ਰਚਾਰ ਦੇ ਦੌਰਾਨ ਫਿਰੋਜ਼ਪੁਰ ਦੀ ਘਟਨਾ ਤੋਂ ਬਾਅਦ ਹੁਣ ਇਸ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਆਉਣਗੇ ਉਹਨਾਂ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਵੀ ਮੌਜੂਦ ਰਹਿਣਗੇ ਉਮੀਦ ਹੈ ਕਿ ਚੋਣਾਂ ਦੇ ਮੱਦੇਨਜ਼ਰ ਉਹ ਪੰਜਾਬੀਆਂ ਦੇ ਲਈ ਵੱਡਾ ਐਲਾਨ ਕਰ ਸਕਦੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਕਾਲੀ ਦਲ ਸੰਯੁਕਤ ਪ੍ਰਧਾਨ ਸੁਖਦੇਵ ਸਿੰਘ ਤੇ ਇਨਸਾ ਵੀ ਚੋਣ ਮੁਹਿੰਮ 10 ਫਰਵਰੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਕਿਉਂਕਿ ਪਾਰਟ ਦੇ ਚੋਣ ਕਮਿਸ਼ਨ ਦੇ ਵੱਲੋਂ ਕਰੋਨਾ ਦੇ ਲਾਕ ਕਟਨ ਕਾਰਨ ਛੋੜ ਦਿੱਤੀ ਗਈ ਹੈ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚੋਣ ਪ੍ਰੋਗਰਾਮ ਦੇ ਦੌਰਾਨ ਗੱਠ ਜੋੜ ਦੀ ਚੋਣ ਮੁਹਿੰਮ ਦੀ ਰੂਪਰੇਖਾ ਦੇ ਬਾਰੇ ਜਾਣਕਾਰੀ ਦਿੱਤੀ ਕੈਪਟਨ ਨੇ ਕਿਹਾ ਕਿ ਤਰਕੋੜਾ ਗੱਠ ਜੋੜ ਚੋਣ ਪ੍ਰਚਾਰ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਪ੍ਰਚਾਰ ਦੇ ਦੌਰਾਨ ਭਾਜਪਾ ਦੀ ਕੇਂਦਰ ਲੀਡਰਸ਼ਿਪ ਦੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਭਾਰਤ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਇਸ ਲਈ ਪੂਰਾ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਜਲਦੀ ਹੀ ਇਸ ਦਾ ਐਲਾਨ ਵੀ ਜਨ ਪੈਣ ਵਾਲੀਆਂ ਵੋਟਾਂ ਦੇ ਵਿੱਚ ਗੱਠ ਜੋੜ ਦੇ ਸਾਰੇ ਉਮੀਦਵਾਰਾਂ ਨੂੰ ਚੰਗੇ ਨਤੀਜੇ ਆਉਣ ਵਾਲੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ 5 ਜਨਵਰੀ ਨੂੰ ਹਾਈਵੇ ਬੰਦ ਹੋਣ ਅਤੇ ਸੁਰੱਖਿਆ ਦੇ ਵਿੱਚ ਕਮੀਆਂ ਹੋਣ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰੋਜ਼ਪੁਰ ਦੀ ਡੈਲੀ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਪਰਤਨਾ ਪਿਆ ਸੀ ਮੌਸਮ ਖਰਾਬ ਹੋਣ ਦੇ ਕਾਰਨ ਉਹ ਬਠਿੰਡਾ ਤੋਂ ਸੜਕ ਰਾਹੀਂ ਫਿਰੋਜ਼ਪੁਰ ਜਾ ਰਹੇ ਸਨ ਜਿੱਥੇ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਦੇ ਵਿੱਚ ਹਾਈਵੇ ਜਾਮ ਹੋਣ ਦੇ ਕਾਰਨ ਉਹਨਾਂ ਨੂੰ ਫਲਾਈਓਵਰ ਤੇ 20 ਮਿੰਟ ਰੁੱਕ ਕੇ ਵਾਪਸ ਪਰਤਣਾ ਪਿਆ ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦੇ ਵਿੱਚ ਕਮੀ ਦੀ ਗੱਲ ਕਹੀ ਸੀ ਉਧੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਐਸ.ਰਾਓ ਨੇ ਵਿਵਾਦਿਤ ਬਿਆਨ ਦਿੱਤਾ ਹੈ ਕੇ.ਐਸ.ਰਾਓ ਨੇ ਕਿਹਾ ਕੇ ਸੰਵਿਧਾਨ ਨੂੰ ਮੂਲ ਲਿਖੰਦੀ ਲੋੜ ਹੈ ਨਵਾਂ ਸੰਵਿਧਾਨ ਲਿਆਂਦਾ ਜਾਵੇ ਉਹਨਾਂ ਨੇ ਕਿਹਾ ਕੇ ਮੈਂ ਇਸ ਦੇ ਲਈ ਸ਼ਿਵ ਸੈਨਾ ਮੁਖੀ ਉਦਵ ਠਾਕਰੇ ਨੂੰ ਮਿਲਣ ਜਾ ਰਿਹਾ ਤੇਲੰਗਾਨਾ ਦੇ ਸੀਐਮ ਕੇ.ਐਸ.ਰਾਓ ਨੇ ਕਿਹਾ ਕੇ ਦੇਸ਼ ਦੇ ਵਿੱਚ ਲੀਡਰਸ਼ਿਪ ਬਦਲਾਅ ਦੀ ਲੋੜ ਹੈ ਮੈਂ ਇਸ ਮੁੱਦੇ ਤੇ ਸ਼ਿਵ ਸੈਨਾ ਮੁਖੀ ਉਦਵ ਠਾਕਰੇ ਦੇ ਨਾਲ ਗੱਲ ਕਰਨ ਦੇ ਲਈ ਮੁੰਬਈ ਜਾ ਰਿਹਾ ਸਾਨੂੰ ਸੰਵਿਧਾਨ ਨੂੰ ਮੂਲ ਲਿਖਣਾ ਪਵੇਗਾ ਨਵੀਂ ਸੋਚ ਨਵਾਂ ਸੰਵਿਧਾਨ ਲਿਆਉਣਾ ਚਾਹੀਦਾ ਹੈ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਸੀਐਮ ਕੇ.ਐਸ.ਰਾਓ ਦੀ ਪਾਰਟੀ ਰਾਸ਼ਟਰਪਤੀ ਦੇ ਪਾਸਾਂ ਦਾ ਬਾਈਕਾਟ ਵੀ ਕੀਤਾ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਦੇ ਪਾਸਾਂ ਤੋਂ ਪਹਿਲਾਂ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਐਸ. ਰਾਉ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਸੀ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਦਾ ਵਿਰੋਧ ਕਰਨ ਦੇ ਲਈ ਕਿਆ ਸੀ ਟੀ.ਆਰ.ਐਸ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਫੰਡ ਦੇਣ ਦੇ ਮਾਮਲੇ ਦੇ ਵਿੱਚ ਤੇਲੰਗਾਨਾ ਦੇ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਇਆ ਤਾਂ ਅੰਦਾਜ਼ਾ ਹੈ ਕਿ ਤੇਲੰਗਾਨਾ ਦੇ ਸੀਐਮ ਕੇ.ਐਸ. ਰਾਉ ਨੇ ਮੰਗਲਵਾਰ ਨੂੰ ਪੇਸ਼ ਕੀਤੇ ਬਜਟ 2022-23 'ਤੇ ਵਿਸਵਾਲ ਚੁੱਕੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਆਮ ਬਜਟ ਨੂੰ ਵੱਡਾ ਜ਼ੀਰੋ ਦੱਸਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਗਰੀ ਕਈ 119 ਸੀਟਾਂ ਦੇ ਲਈ ਤੇਲੰਗਾਨਾ ਵਿਧਾਨ ਸਭਾ ਦੇ ਵਿੱਚ ਸੀਐਮ ਕੇਸੀ ਰਾਓ ਦੀ ਪਾਰਟੀ টিਆਰਐਸ ਦੇ ਦੋ ਤਿਹਾਈ ਤੋਂ ਵੀ ਵੱਧ ਵਿਧਾਇਕ ਨੇ ਹਾਲ ਹੀ ਦੇ ਵਿੱਚ ਮੁੱਖ ਮੰਤਰੀ ਕੇਸੀ ਰਾਓ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ টিਆਰਐਸ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 95 ਤੋਂ 105 ਸੀਟਾਂ ਜਿੱਤੇਗੀ ਉਦਰ ਵਿਧਾਨ ਸਭਾ ਚੋਣਾਂ ਦਾ ਸਮਾਂ ਬਿਲਕੁਲ ਨੇੜੇ ਹੈ ਪਾਰਟੀਆਂ ਇਸ ਵੇਲੇ ਚੋਣ ਪ੍ਰਚਾਰ ਦੀਆਂ ਤਿਆਰੀਆਂ ਦੇ ਵਿੱਚ ਰੁੱਝੀਆਂ ਹੋਈਆਂ ਨੇ ਤੇ ਇਸ ਵਿਚਾਲੇ ਪਾਸ਼ਪਾ ਦੇ ਵੱਲੋਂ ਬਟਾਲਾ ਤੋਂ ਉਮੀਦਵਾਰ ਐਲਾਨੇ ਗਏ ਫਤੇਜ ਜੰਗ ਸਿੰਘ ਬਾਜਵਾ ਤੇ ਕੇਸ ਦਰਜ ਕੀਤਾ ਗਿਆ। ਥਾਣਾ ਸਿਟੀ ਦੀ ਪੁਲਿਸ ਨੇ ਧਾਰਾ 188 ਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਅਸੀਂ 80/85 ਅਣਪਛਾਤੇ ਨੌਜਵਾਨਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ। ਐਸ ਡੀਓ ਪੀ ਸੀ ਸੀ ਐਲ ਦੇ ਐਸ ਡੀਓ ਪਗਵੰਤ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਅਦਰਜ ਕੀਤਾ ਗਿਆ। ਉਧਰ ਪੰਜਾਬ ਦੇ ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਨਹੀਂ ਮਿਲੇਗੀ ਸਗੋਂ 2-3 ਦਿਨ ਬਾਅਦ ਬਰਸਾਤ ਹੋਵੇਗੀ ਜਿਸ ਕਾਰਨ ਠੰਡ ਹੋਰ ਵਧੇਗੀ ਮੌਸਮ ਵਿਭਾਗ ਦੇ ਮੁਤਾਬਕ 2 ਫਰਵਰੀ ਨੂੰ ਪਛਵੀ ਗੜਬੜੀ ਦੇ ਕਾਰਨ ਦੇਸ਼ ਦਾ ਉੱਤਰ ਪੱਛਮੀ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ ਅਰਬ ਸਾਗਰ ਅਤੇ ਬੰਗਾਲ ਸਾਗਰ ਤੋਂ ਤੂਫਾਨ ਆਉਣ ਦੀ ਸੰਭਾਵਨਾ ਹੈ ਇਸ ਤੂਫਾਨ ਦੇ ਕਾਰਨ ਦੋਵੇਂ ਸਮੁੰਦਰੀ ਖੇਤਰਾਂ ਤੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਮੀ ਦੇ ਨਾਲ ਪਰਚਾਨਗੀਆਂ ਇਸ ਕਾਰਨ ਰਾਜਸਥਾਨ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਹੋਰ ਹਿੱਸੇ ਦੇ ਵਿੱਚ ਮੀਂਹ ਪਵੇਗਾ ਅਰਬ ਸਾਗਰ ਅਤੇ ਬੰਗਾਲ ਸਾਗਰ ਤੋਂ ਉੱਠਣ ਵਾਲੇ ਤੂਫਾਨਾਂ ਦਾ ਅਸਰ ਰਾਜਸਥ ਰਾਜਸਥਾਨ ਤੇ ਇਸ ਨਾਲ ਲੱਗਦੇ ਰਾਜਾਂ ਦੇ ਵਿੱਚ ਕੁਝ ਹਿੱਸਿਆਂ ਦੇ ਵਿੱਚ ਚੱਕਰਵਾਤੀ ਤੂਫਾਨ ਆਵੇਗਾ ਰਾਜਸਥਾਨ ਦੇ ਵਿੱਚ ਠੰਡੀਆਂ ਤੇ ਤੇਜ਼ ਹਵਾਵਾਂ ਚੱਲਣਗੀਆਂ ਸਮੁੰਦਰੀ ਖੇਤਰ ਤੋਂ ਉੱਠ ਕੇ ਰਾਜਸਥਾਨ ਵੱਲ ਵਧਣ ਵਾਲਾ ਇਹ ਚੱਕਰਵਾਤੀ ਤੂਫਾਨ ਪੂਰੀ ਤਰ੍ਹਾਂ ਨਾਮ ਰਹਿਗਾ ਇਸ ਤੋਂ ਬਾਅਦ ਮੀਦ ਦਾ ਰੂਪ ਧਾਰਨ ਕਰ ਲਵੇਗਾ ਵੈਸਟਰਨ ਡਿਸਟਰਬੈਂਸ ਦੇ ਕਾਰਨ ਅਗਲੇ 24 ਘੰਟਿਆਂ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਅਗਲੇ 48 ਘੰਟੇ ਤੱਕ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਦਾ ਕਹਿਰ جاری ਰਹੇਗਾ। ਅਗਲੇ 2 ਦਿਨਾਂ ਬਾਅਦ ਪੰਜਾਬ ਦਾ ਘਟੋਟਾਪਾ 2.3 ਡਿਗਰੀ ਵੱਧ ਜਾਵੇਗਾ। ਇਸ ਤੋਂ ਬਾਅਦ ਇਹ 3.5 ਡਿਗਰੀ ਤੱਕ ਚਲਾ ਜਾਵੇਗਾ। ਮੌਸਮ ਵਿਭਾਗ ਦੇ ਅਨੁਸਾਰ ਦੁਆਬਾ, ਮਾਝਾ, ਮਾਲਵਾ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਤੇ ਧੁੰਦ ਦੇ ਕਾਰਨ ਦਿਨ ਵੇਲੇ ਵੀ ਲੋਕਾਂ ਨੂੰ ਕੜਾਕੇ ਦੀ ਸਰਦੀ ਦਾ ਕਹਿਰ ਚੱਲਣਾ ਪਵੇਗਾ। ਇਸ ਤੋਂ ਬਾਅਦ 5ਵੇਂ ਦਿਨ ਤੱਕ ਆਸਮਾਨ ਸਾਫ਼ ਰਹੇਗਾ। ਪਿਛਲੇ 3 ਦਿਨਾਂ ਦੇ ਵਿੱਚ ਤਾਪਮਾਨ 16 ਤੋਂ 18 ਡਿਗਰੀ ਦੇ ਦਾਇਰੇ ਉਧਰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਉਮੀਦਵਾਰਾਂ ਦੇ ਵੱਲੋਂ ਜੋਰਾ-ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹਲਕਾ ਤੂਰੀ ਤੋਂ ਸਭ ਤੋਂ ਹੌਟ ਸੇਟ ਮੰਨੀ ਜਾਂਦੀ ਹੈ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਚੇਹਰਾ ਐਲਾਨੇਗੇ ਭਗਵੰਤ ਮਾਨ ਇੱਥੇ ਝੂਠ ਲੜਨ ਜਾ ਰਹੇ ਨੇ ਭਗਵੰਤ ਮਾਨ ਦੋ ਵਾਰ ਤੂਰੀ ਤੋਂ ਸੰਸਦ ਵੀ ਰਹਿ ਚੁੱਕੇ ਨੇ ਕਾਂਗਰਸ ਦੇ ਵੱਲੋਂ ਦਲਵੀਰ ਸਿੰਘ ਗੋਲਡੀ ਨੂੰ ਉਹਨਾਂ ਦੇ ਵਿਰੁੱਧ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਗਵੰਤ ਮਾਨ ਦੇ ਲਈ ਉਹਨਾਂ ਦੀ ਪੈਣ ਮਨਪ੍ਰਿਤ कौर ਚੋਣ ਪ੍ਰਚਾਰ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਗੱਲਬਾਤ ਔਰਤوں ਨੂੰ 1000 ਰੁਪਏ ਮਹੀਨਾ ਦੇਣ ਦਾ ਦਾਵਾ ਕੀਤਾ ਜਾ ਰਿਹਾ ਤਾਂ ਚਾਹੇ ਦੇ ਵਿੱਚ ਇਹ ਪੈਸਾ ਕਿੱਥੋਂ ਆਏਗਾ ਤਾਂ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਤੇ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਮੰਤਰੀਆਂ ਤੇ ਵਿਧਾਇਕਾਂ ਦੀਆਂ ਮਹਿਲਾਂ ਤੇ ਗੱਡੀਆਂ ਦੇ ਚੜਾਇਆ ਮਨਪ੍ਰਤ ਕੌਰ ਨੇ ਕਿਹਾ ਕਿ ਕਰੋਨਾ ਕਾਲ ਦੇ ਵਿੱਚ ਸਰਕਾਰਾਂ ਦੇ ਵੱਲੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਲੋਕਾਂ ਨੂੰ ਪਤਾ ਸੀ ਕਿ ਜੇਕਰ ਉਹ ਬਾਹਰ ਆਉਣਗੇ ਤਾਂ ਮਹਾਮਾਰੀ ਦੇ ਨਾਲ ਮਰਨਗੇ ਅਤੇ ਜੇ ਉਹ ਅੰਦਰ ਰਹਿੰਦੇ ਨੇ ਤਾਂ ਭੁੱਖ ਨਾਲ ਮਰਨਗੇ ਕਾਂਗਰਸ ਸਰਕਾਰ ਦੇ ਵੱਲੋਂ ਟੈਕਸ ਤਾਂ ਵਸੂਲੇ ਜਾ ਰਹੇ ਨੇ ਕਰੋਨਾ ਮਹਾਮਾਰੀ ਦੌਰਾਨ ਨਰਸਾਂ ਡਾਕਟਰਾਂ ਤੇ ਹੋਰ ਕਈ ਕਰੋਨਾ ਵਾਰੀਅਰਜ਼ ਨੂੰ ਕਿਹਾ ਗਿਆ ਸੀ ਕਿ ਕੰਮ ਕਰੋ ਤੇ ਜਦੋਂ ਕਰੋਨਾ ਖ ਵੇ ਤੁਹਾਨੂੰ ਜਵਾਬ ਦੇ ਦਿੱਤਾ ਗਿਆ ਕਾਂਗਰਸ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਸਿਹਤ ਤੇ ਸਿੱਖਿਆ ਜ਼ੀਰੋ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ ਕੇ ਜਦੋਂ ਨੌਜਵਾਨ ਰੋਜ਼ਗਾਰ ਮੰਗਣ ਜਾਂਦੇ ਨੇ ਤਾਂ ਉਹਨਾਂ ਨੂੰ ਡਾਂਗਾ ਪੈਂਦੀਆਂ ਨੇ ਜਨਤਾ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਮੁੱਖ ਮੰਤਰੀ ਚੰਨੀ ਤੇ ਤੰਜ ਕਸਦਿਆ ਮਨਪਤ ਕੌਰ ਨੇ ਕਿਹਾ ਕਿ ਚੰਨੀ ਸਾਫ਼ ਕਹਿੰਦੇ ਹਨ ਕਿ ਮੈਂ ਆਮ ਆਦਮੀ ਹਾਂ ਪਰ ਉਹ ਇਹ ਤਾਂ ਦੱਸਣ ਕਿ ਆਮ ਬੰਦੇ ਕੋਲ ਇੰਨੀ ਕਮਾਈ ਕਿੱਥੋਂ ਆਈ ਦਾਵਾ ਕੀਤਾ ਹੈ ਕਿ ਆਪ ਸਰਕਾਰ ਬਣਨ ਤੇ ਇਹ ਸਭ ਖਤਮ ਹੋ ਜਾਵੇਗਾ ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦੋ ਸੀਟਾਂ ਤੋਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕਰਨ ਤੋਂ ਬਾਅਦ ਪਧੌੜ ਸੀਟ ਕਾਫੀ ਚਰਚੇ ਦੇ ਵਿੱਚ ਹੈ ਇਹ ਸੀਟ ਭਗਵੰਤ ਮਾਨ ਨੂੰ ਲਗਾਤਾਰ ਦੋ ਵਾਰ ਚਿਤ ਦਵਾਉਣ ਵਾਲੇ ਸੰਗਰੂ ਲੋਕ ਸਭਾ ਹਲਕੇ ਦਾ ਹਿੱਸਾ ਹੈ ਤੇ ਇਸ ਸੀਟ ਤੇ ਮੌਜੂਦਾ ਵਿਧਾਇਕ ਪਿਰਮਲ ਸਿੰਘ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣਾਂ ਜਿੱਤੇ ਨੇ ਹਾਲਾਂਕਿ ਪਿਰਮਲ ਕੁਝ ਸਮਾਂ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਹਨ ਪਰ ਜੇਕਰ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਸ ਸੀਟ ਤੇ ਹੁਣ ਤੱਕ ਖੋਈਆਂ ਚੋਣਾਂ ਵਿੱਚ ਤਿੰਨ ਵਾਰ ਨੂੰ ਛੱਡ ਕੇ ਹਮੇਸ਼ਾ ਕਾਲੀ ਦਲ ਦਾ ਕਬਜ਼ਾ ਰਿਹਾ ਇਸ ਵਿੱਚ ਸਾਲ 1 ਅਸੀ ਤੱਕ ਲਗਾਤਾਰ ਚਾਰ ਵਾਰੀ ਅਕਾਲੀ ਦਲ ਦੇ ਕੁੰਦਨ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਭਾਵੇਂ ਸਾਲ 1992 ਦੇ ਦੌਰਾਨ ਅਕਾਲੀ ਦਲ ਦੇ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਕਾਰਨ ਬਸਪਾ ਦੇ ਨਿਰਮਲ ਸਿੰਘ ਚੋਣਾ ਜਿੱਤ ਗਏ ਪਰ ਸਾਲ 1999 ਦੇ ਵਿੱਚ ਅਕਾਲੀ ਦਲ ਨੇ ਫਿਰ ਵਾਪਸੀ ਕੀਤੀ ਅਤੇ ਉਸ ਦੇ ਨੇਤਾ ਬਲਵੀਰ ਸਿੰਘ ਨੇ ਸਾਲ 2007 ਤੱਕ ਜਿੱਤ ਦੀ ਹੈਟ੍ਰਿਕ ਲਗਾਈ ਜਿੱਤੇ ਤੱਕ ਕਾਂਗਰਸ ਦਾ ਸਵਾਲ ਹੈ ਉਸ ਨੂੰ ਪਦੌੜ ਸੀਟ ਤੇ ਇਤਿਹਾਸ ਚ ਪਹਿਲੀ ਵਾਰ ਜਿੱਤ ਸਾਲ 2012 ਦੇ ਵਿੱਚ ਮੁਹੰਮਦ ਸਦੀਕ ਨੇ ਦਿਵਾਈ ਜਿਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਸੀ ਇਸ ਸਬਸਾਲ 2017 ਦੇ ਵਿੱਚ ਚੋਣਾਂ ਲੜਨ ਵਾਲੇ ਜੋਗਿੰਦਰ ਸਿੰਘ ਤੀਜੇ ਨੰਬਰ ਤੇ ਰਹੇ ਹੁਣ ਸਾਲ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਰ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਬਦਲ ਦਿੱਤੇ ਨੇ ਤਾਂ ਕਿ ਕਾਂਗਰਸ ਨੇ ਮੁੱਖ ਮੰਤਰੀ ਚਣੇ ਦੇ ਰੂਪ ਦੇ ਵਿੱਚ ਮਾਸਟਰ ਸਟ੍ਰੋਕ ਖੇਡਿਆ ਇਸ ਦੇ ذریعے ਸੰਗਰੂਰ ਤੇ ਬਨਾਲਾ ਦੇ ਨਾਲ ਮਾਲਵਾ ਦੀਆਂ ਹੋਰ ਸੀਟਾਂ ਤੇ ਪ੍ਰਭਾਵ ਪਾਉਣ ਦਾ ਟਾਰਗੇਟ ਰੱਖਿਆ ਗਿਆ ਹੈ ਉਧਰ ਆਦਮਪੁਰ ਵਿਧਾਨ ਸਭਾ ਹਲਕੇ ਨੂੰ ਲੈ ਕੇ ਕਾਂਗਰਸ ਦੇ ਵਿੱਚ ਚੱਲਦੀ ਆ ਰਹੀ ਖਿੱਚੋਤਾਣ ਹੁਣ ਖਤਮ ਹੋ ਗਈ ਹੈ ਹੁਣ ਇਸ ਹਲਕੇ ਤੋਂ ਸੁਖਵਿੰਦਰ ਸਿੰਘ ਕੋਟਲੀ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ ਕੋਟਲੀ ਨੇ ਕਾਂਗਰਸ ਦੇ ਉਮੀਦਵਾਰ ਦੇ ਵਜੋਂ ਬਕਾਇਦਾ ਆਪਣੇ ਕਾਗਜ਼ ਵੀ ਦਾਖਲ ਕਰ ਦਿੱਤੇ ਨੇ ਦਰਸਰ ਇੱਥੇ ਕਾਂਗਰਸ ਦੇ ਵੱਲੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਐਲਾਨਿਆ ਗਿਆ ਜਦਕਿ ਮਹਿੰਦਰ ਸਿੰਘ ਕੇਪੀ ਇੱਥੇ ਦਾਅਵੇਦਾਰੀ ਜਤਾ ਰਹੇ ਸਨ केपी बकायदा कांग्रेस ਦੇ ਵੱਲੋਂ ਕਾਗਜ਼ ਦਾਖਲ ਕਰਨ ਦੇ ਲਈ ਪਹੁੰਚ ਗਏ ਸਨ ਪਰ ਉਹ ਕਾਗਜ਼ ਭਰੇ ਵੀ ਨਹੀਂ ਵਾਪਸ ਪਰਤਾਏ। ਇਸ ਰੌਣ ਕੇਪੀ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਕਾਗਜ਼ ਭਰਨ ਗਏ ਸਨ ਪਰ ਉਹਨਾਂ ਦੇ ਕੋਲ ਕਾਂਗਰਸ ਦਾ ਲੈਟਰ ਨਹੀਂ ਸੀ। ਲਿਹਾਜ਼ਾ ਉਹ ਕਾਗਜ਼ ਨਹੀਂ ਭਰ ਸਕਿਆ ਤੇ ਵਾਪਸ ਆ ਗਿਆ। ਜੇਕਰ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਫੌਰਨ ਪਰੰਦੀ ਮਨਸ਼ਾ ਦੇ ਨਾਲ ਗਏ ਹੁੰਦੇ ਤਾਂ ਫਾਰਮ ਭਰ ਕੇ ਹੀ ਵਾਪਸ ਉਹਨਾਂ ਨੇ ਆਉਣਾ ਸੀ। ਕੇਪੀ ਨੇ ਕਿਹਾ ਕਿ ਕਾਂਗਰਸ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਜ਼ਲੀਲ ਕੀਤਾ ਹੈ। ਮੈਂ ਹੁਣ ਉਮੀਦਵਾਰਤਾ ਨਹੀਂ ਰਿਹਾ ਪਰ ਉਮੀਦਵਾਰ ਦੇ ਖਿਲਾਫ ਜ਼ਰੂਰ ਡਟਾਂਗਾ। ਕੇਪੀ ਸਿੰਘ ਨੇ ਕਿਹਾ ਕਿ ਮੈਂ ਜਲਦੀ ਹੀ ਪ੍ਰੈਸ ਆਤੇ ਖੁਲਾਸਾ ਕਰਾਂਗਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਮੇਰੀ ਪਿੱਠ ਦੇ ਵਿੱਚ ਛੁਰਾ ਮਾਰਿਆ ਕੇਪੀ ਨੇ ਕਿਹਾ ਕਿ ਕਾਂਗਰਸ ਨੇ ਇੱਕ ਭਲੇ ਮਾਨਸ ਨੂੰ ਬੇਇਜ਼ਤ ਕੀਤਾ ਦਰਸਲ ਪਾਰਟੀ ਹੀ ਨਹੀਂ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣੀ ਮੇਰੇ ਨਾਲ 2014 ਤੋਂ ਤੱਕਾ ਹੁੰਦਾ ਆ ਰਿਹਾ ਜੇਕਰ ਮੇਰੇ ਵਰਗੇ ਕਦਾ ਵਾਰ ਆਗੂ ਦੇ ਨਾਲ ਅਜਿਹਾ ਕੀਤਾ ਗਿਆ ਤਾਂ ਵਰਕਰ ਦਾ ਕੀ ਹੋਵੇਗਾ ਕਾਂਗਰਸ ਹੁਣ ਉਹ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ ਜਿਹੜੇ ਰੇਤਾ ਵੇਚਦੇ ਨੇ ਤਸਕਰੀ ਕਰਦੇ ਨੇ ਉਹਨਾਂ ਨੂੰ ਕਾਂਗਰਸ ਨੇ ਟਿਕਟਾ ਦਿੱਤੀਆਂ ਨੇ ਕੇਪੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਕਿਹਾ ਸੀ ਕਿ ਅਸੀਂ ਕੇਪੀ ਨੂੰ ਟਿਕਟ ਦੇ ਰਹਿਣ ਆ ਪਰ ਇਸ ਦੇ باوجود ਮੈਨੂੰ ਟਿਕਟ ਨਹੀਂ ਦਿੱਤੀ ਗਈ ਇਸ ਨਾਲ ਹੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਫਿਲਹਾਲ ਇਨਾ ਹੀ ਆਪਣੇ ਦੋਸ਼ੀ ਤਲ ਨੂੰ ਦਿਓ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ